ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਨਦੀਆਂ ਨਾਲੇ ਲਗਾਤਾਰ ਉਫਾਨ ਦੇ ਉੱਤੇ ਨੇ, ਤਾਂ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਕਿ ਪਹਾੜੀ ਇਲਾਕੇ ਦੇ ਵਿੱਚ ਲਗਾਤਾਰ ਕਈ ਘੰਟਿਆਂ ਤੋਂ ਬਰਸਾਤ ਹੋ ਰਹੀ ਹੈ ਅਤੇ ਬਰਸਾਤ ਦੇ ਕਾਰਨ ਕਈ ਥਾਵਾਂ ਦੇ ਉੱਤੇ ਲੈਂਡ ਸਲਾਈਡ ਵੀ ਹੋਈ ਹੈ। ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਤਬਾਹੀ ਦਾ ਮੰਜ਼ਰ ਕਿੰਨਾ ਭਿਆਨਕ ਰਿਹਾ ਹੋਵੇਗਾ, ਕਿਉਂਕਿ ਇਹ ਤਸਵੀਰਾਂ ਪਹਾੜਾਂ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਲਗਾਤਾਰ ਬਰਸਾਤ ਜਾਰੀ ਹੈ। ਹਾਲਾਂਕਿ ਮੈਦਾਨੀ ਇਲਾਕਿਆਂ ਦੇ ਵਿੱਚ ਬਰਸਾਤ ਹੋਣੀ ਹਾਲੇ ਬਾਕੀ ਹੈ, ਪਰ ਪਹਾੜੀ ਇਲਾਕਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਮੀਂਹ ਨੇ ਆਪਣਾ ਵੱਡਾ ਰੂਪ ਦਿਖਾਇਆ ਅਤੇ ਸਾਰਾ ਕੁਝ ਹੀ ਤਬਾਹ ਕਰਕੇ ਰੱਖ ਦਿੱਤਾ ਹੈ। ਤਾਂ ਇਹ ਖਤਰਨਾਕ ਤਸਵੀਰਾਂ ਨੇਪਾਲ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਕਈ ਦਿਨਾਂ ਤੋਂ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ, ਕਈ ਘਰ ਟੁੱਟ ਕੇ ਪਾਣੀ ਦੇ ਵਿੱਚ ਹੀ ਵਹਿ ਗਏ ਨੇ, ਕਈ ਲੋਕ ਲਾਪਤਾ ਹੋ ਗਏ ਨੇ, ਹੁਣ ਤੱਕ 14 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਨੇਪਾਲ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਲਗਾਤਾਰ 24 ਘੰਟਿਆਂ ਤੋਂ ਮੀਂਹ ਪੈ ਰਿਹਾ ਹੈ, ਪਹਾੜਾਂ ਦੇ ਵਿੱਚ ਲਗਾਤਾਰ ਲੈਂਡ ਸਲਾਈਡ ਦਾ ਖਤਰਾ ਬਣਿਆ ਹੋਇਆ, ਕਈ ਥਾਵਾਂ ਦੇ ਉੱਤੇ ਲੈਂਡ ਸਲਾਈਡ ਹੋਈ ਹੈ, ਕਈ ਗੱਡੀਆਂ ਦੱਬ ਗਈਆਂ ਨੇ। ਅਤੇ ਇਹ ਤਸਵੀਰਾਂ ਹੁਣ ਇੱਕ ਵਾਰ ਫਿਰ ਤੋਂ ਪਹਾੜਾਂ ਤੋਂ ਸਾਹਮਣੇ ਆਈਆਂ ਨੇ, ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਤੇਜ਼ ਬਰਸਾਤ ਹੋ ਰਹੀ ਹੈ, ਜੋ ਸੜਕਾਂ ਨੇ ਉਹ ਦਰਿਆ ਦਾ ਰੂਪ ਬਣ ਚੁੱਕੀਆਂ ਨੇ। ਹਾਲਾਂਕਿ ਨਦੀਆਂ ਨਾਲੇ ਲਗਾਤਾਰ ਉਫਾਨ ਦੇ ਉੱਤੇ ਨੇ, ਆਲੇ ਦੁਆਲੇ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੀ ਅਪੀਲ ਕਰ ਦਿੱਤੀ ਗਈ ਹੈ, ਪਰ ਹਾਲੇ ਵੀ ਲਗਾਤਾਰ ਬਰਸਾਤ ਜਾਰੀ ਹੈ। ਤਾਂ ਅਗਲੇ 24 ਘੰਟਿਆਂ ਦੇ ਲਈ ਜਿੱਥੇ ਰੈੱਡ ਅਲਰਟ ਬਰਸਾਤ ਦਾ ਜਾਰੀ ਕਰ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ, ਉੱਥੇ ਹੀ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਤਬਾਹੀ ਦਾ ਮੰਜ਼ਰ ਕਿੰਨਾ ਭਿਆਨਕ ਰਿਹਾ ਹੋਵੇਗਾ। ਦੱਸ ਦਈਏ ਕਿ ਆਵਾਜਾਈ ਠੱਪ ਕਰ ਦਿੱਤੀ ਗਈ ਹੈ, ਜਿਹੜੇ ਵਾਹਨ ਸੜਕਾਂ 'ਤੇ ਖੜ੍ਹੇ ਨੇ ਉਹ ਖੜ੍ਹੇ ਹੀ ਰਹਿ ਗਏ ਨੇ, ਲਗਾਤਾਰ 2-2 ਦਿਨ ਹੋ ਚੁੱਕੇ ਨੇ ਇਹਨਾਂ ਨੂੰ ਖੜ੍ਹਿਆਂ ਨੂੰ, ਪਰ ਹਾਲੇ ਤੱਕ ਬਰਸਾਤ ਰੁਕਣ ਦਾ ਨਾਮ ਨਹੀਂ ਲੈ ਰਹੀ। ਤਾਂ ਖਤਰਨਾਕ ਤਸਵੀਰਾਂ ਇਹ ਨੇਪਾਲ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਵਾਰ ਫਿਰ ਤੋਂ ਮੀਂਹ ਨੇ ਆਪਣਾ ਰੂਪ ਦਿਖਾਇਆ, ਪਾਣੀ ਨੇ ਆਪਣਾ ਰੂਪ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਰਾਹ ਦੇ ਵਿੱਚ ਕੁਝ ਵੀ ਆਉਂਦਾ ਤਾਂ ਉਸਨੂੰ ਰੋੜ ਕੇ ਆਪਣੇ ਨਾਲ ਲੈ ਜਾਂਦਾ ਹੈ। ਤਾਂ ਦੱਸ ਦਈਏ ਕਿ ਕਈ ਘਰ ਢਹਿ ਢੇਰੀ ਹੋ ਗਏ ਨੇ, ਲੱਖਾਂ ਹੀ ਲੋਕ ਜੋ ਨੇ ਉਹ ਉੱਜੜ ਚੁੱਕੇ ਨੇ, ਸੁਰੱਖਿਅਤ ਥਾਵਾਂ ਦੇ ਉੱਤੇ ਉਹਨਾਂ ਨੂੰ ਰੈਸਕਿਊ ਕਰਕੇ ਪਹੁੰਚਾਇਆ ਗਿਆ ਅਤੇ 14 ਲੋਕਾਂ ਦੀ ਹੁਣ ਤੱਕ ਮੌਤ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਕਈ ਲੋਕ ਇਸ ਦੇ ਵਿੱਚ ਲਾਪਤਾ ਵੀ ਦੱਸੇ ਜਾ ਰਹੇ ਨੇ। ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਨਦੀਆਂ ਨਾਲੇ ਲਗਾਤਾਰ ਉਫਾਨ ਦੇ ਉੱਤੇ ਨੇ, ਤਾਂ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਕਿ ਪਹਾੜੀ ਇਲਾਕੇ ਦੇ ਵਿੱਚ ਲਗਾਤਾਰ ਕਈ ਘੰਟਿਆਂ ਤੋਂ ਬਰਸਾਤ ਹੋ ਰਹੀ ਹੈ ਅਤੇ ਬਰਸਾਤ ਦੇ ਕਾਰਨ ਕਈ ਥਾਵਾਂ ਦੇ ਉੱਤੇ ਲੈਂਡ ਸਲਾਈਡ ਵੀ ਹੋਈ ਹੈ। ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਤਬਾਹੀ ਦਾ ਮੰਜ਼ਰ ਕਿੰਨਾ ਭਿਆਨਕ ਰਿਹਾ ਹੋਵੇਗਾ, ਕਿਉਂਕਿ ਇਹ ਤਸਵੀਰਾਂ ਪਹਾੜਾਂ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਲਗਾਤਾਰ ਬਰਸਾਤ ਜਾਰੀ ਹੈ। ਹਾਲਾਂਕਿ ਮੈਦਾਨੀ ਇਲਾਕਿਆਂ ਦੇ ਵਿੱਚ ਬਰਸਾਤ ਹੋਣੀ ਹਾਲੇ ਬਾਕੀ ਹੈ, ਪਰ ਪਹਾੜੀ ਇਲਾਕਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਮੀਂਹ ਨੇ ਆਪਣਾ ਵੱਡਾ ਰੂਪ ਦਿਖਾਇਆ ਅਤੇ ਸਾਰਾ ਕੁਝ ਹੀ ਤਬਾਹ ਕਰਕੇ ਰੱਖ ਦਿੱਤਾ ਹੈ। ਤਾਂ ਇਹ ਖਤਰਨਾਕ ਤਸਵੀਰਾਂ ਨੇਪਾਲ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਕਈ ਦਿਨਾਂ ਤੋਂ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ, ਕਈ ਘਰ ਟੁੱਟ ਕੇ ਪਾਣੀ ਦੇ ਵਿੱਚ ਹੀ ਵਹਿ ਗਏ ਨੇ, ਕਈ ਲੋਕ ਲਾਪਤਾ ਹੋ ਗਏ ਨੇ, ਹੁਣ ਤੱਕ 14 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਨੇਪਾਲ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਲਗਾਤਾਰ 24 ਘੰਟਿਆਂ ਤੋਂ ਮੀਂਹ ਪੈ ਰਿਹਾ, ਪਹਾੜਾਂ ਦੇ ਵਿੱਚ ਲਗਾਤਾਰ ਲੈਂਡ ਸਲਾਈਡ ਦਾ ਖਤਰਾ ਬਣਿਆ ਹੋਇਆ, ਕਈ ਥਾਵਾਂ ਦੇ ਉੱਤੇ ਲੈਂਡ ਸਲਾਈਡ ਹੋਈ ਹੈ, ਕਈ ਗੱਡੀਆਂ ਦੱਬ ਗਈਆਂ ਨੇ। ਅਤੇ ਇਹ ਤਸਵੀਰਾਂ ਹੁਣ ਇੱਕ ਵਾਰ ਫਿਰ ਤੋਂ ਪਹਾੜਾਂ ਤੋਂ ਸਾਹਮਣੇ ਆਈਆਂ ਨੇ, ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਤੇਜ਼ ਬਰਸਾਤ ਹੋ ਰਹੀ ਹੈ, ਜੋ ਸੜਕਾਂ ਨੇ ਉਹ ਦਰਿਆ ਦਾ ਰੂਪ ਬਣ ਚੁੱਕੀਆਂ ਨੇ। ਹਾਲਾਂਕਿ ਨਦੀਆਂ ਨਾਲੇ ਲਗਾਤਾਰ ਉਫਾਨ ਦੇ ਉੱਤੇ ਨੇ,
ਆਲੇ ਦੁਆਲੇ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੀ ਅਪੀਲ ਕਰ ਦਿੱਤੀ ਗਈ ਹੈ। ਪਰ ਹਾਲੇ ਵੀ ਲਗਾਤਾਰ ਬਰਸਾਤ ਜਾਰੀ ਹੈ ਤਾਂ ਅਗਲੇ 24 ਘੰਟਿਆਂ ਦੇ ਲਈ ਜਿੱਥੇ ਰੈੱਡ ਅਲਰਟ ਬਰਸਾਤ ਦਾ ਜਾਰੀ ਕਰ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ, ਉੱਥੇ ਹੀ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਤਬਾਹੀ ਦਾ ਮੰਜ਼ਰ ਕਿੰਨਾ ਭਿਆਨਕ ਰਿਹਾ ਹੋਵੇਗਾ। ਦੱਸ ਦਈਏ ਕਿ ਆਵਾਜਾਈ ਠੱਪ ਕਰ ਦਿੱਤੀ ਗਈ ਹੈ, ਜਿਹੜੇ ਵਾਹਨ ਸੜਕਾਂ 'ਤੇ ਖੜ੍ਹੇ ਨੇ ਉਹ ਖੜ੍ਹੇ ਹੀ ਰਹਿ ਗਏ ਨੇ। ਲਗਾਤਾਰ 2-2 ਦਿਨ ਹੋ ਚੁੱਕੇ ਨੇ ਇਹਨਾਂ ਨੂੰ ਖੜ੍ਹਿਆਂ ਨੂੰ, ਪਰ ਹਾਲੇ ਤੱਕ ਬਰਸਾਤ ਰੁਕਣ ਦਾ ਨਾਮ ਨਹੀਂ ਲੈ ਰਹੀ। ਤਾਂ ਖਤਰਨਾਕ ਤਸਵੀਰਾਂ ਇਹ ਨੇਪਾਲ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਵਾਰ ਫਿਰ ਤੋਂ ਮੀਂਹ ਨੇ ਆਪਣਾ ਰੂਪ ਦਿਖਾਇਆ, ਪਾਣੀ ਨੇ ਆਪਣਾ ਰੂਪ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਰਾਹ ਦੇ ਵਿੱਚ ਕੁਛ ਵੀ ਆਉਂਦਾ ਤਾਂ ਉਸ ਨੂੰ ਰੋੜ ਕੇ ਆਪਣੇ ਨਾਲ ਲੈ ਜਾਂਦਾ। ਤਾਂ ਦੱਸ ਦਈਏ ਕਿ ਕਈ ਘਰ ਢਹਿ ਢੇਰੀ ਹੋ ਗਏ ਨੇ, ਲੱਖਾਂ ਹੀ ਲੋਕ ਜੋ ਨੇ ਉਹ ਉੱਜੜ ਚੁੱਕੇ ਨੇ, ਸੁਰੱਖਿਅਤ ਥਾਵਾਂ ਦੇ ਉੱਤੇ ਉਹਨਾਂ ਨੂੰ ਰੈਸਕਿਊ ਕਰਕੇ ਪਹੁੰਚਾਇਆ ਗਿਆ ਅਤੇ 14 ਲੋਕਾਂ ਦੀ ਹੁਣ ਤੱਕ ਮੌਤ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਕਈ ਲੋਕ ਇਸ ਦੇ ਵਿੱਚ ਲਾਪਤਾ ਵੀ ਦੱਸੇ ਜਾ ਰਹੇ ਨੇ।